ਸ਼ਸ਼ੀਕਲ ਵਿਸਾਰਿਆਂ ਨੂੰ ਸਟੱਡੀ ਪੁਆਇੰਟ 44 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਂਜੀ ਅੱਜ ਆਪਾਂ ਪੰਜਾਬ ਜੀਕੇ ਦੇ ਇੰਪੋਰਟੈਂਟ ਕੁਐਸਚਨ ਕਰਾਂਗੇ ਜਿਹੜੇ ਪ੍ਰੀਵੀਅਸ ਇਅਰ ਪੇਪਰ ਦੇ ਵਿੱਚ ਪੁੱਛੇ ਗਏ ਨੇ। ਤੇ ਸਟਾਰਟ ਕਰਦੇ ਆ ਵੀ ਅੱਜ ਦੀ ਵੀਡੀਓ ਆਪਾਂ। ਫਰਸਟ ਕੁਐਸਚਨ ਹੈ। ਨੰਗੇ ਪੈਰਾਂ ਦਾ ਸਫ਼ਰ ਕਿਸ ਦੀ ਰਚਨਾ ਹੈ? ਦਲੀਪ ਕੋਟਿਵਾਨਾ, ਅਮ੍ਰਿਤਾ ਪ੍ਰੀਤਮ, ਅਜੀਤ ਕੌਰ ਜਾਂ ਗੁਰਦੇਵਾਲ ਸਿੰਘ? ਹਾਂਜੀ ਨੰਗੇ ਪੈਰਾਂ ਦਾ ਸਫ਼ਰ ਕਿਸ ਦੀ ਰਚਨਾ ਹੈ ਇਸ ਦਾ ਰਾਈਟ ਆਨਸਰ ਹੈ ਦਲੀਪ ਕੌਰ ਟਿਵਾਨਾ ਇਸ ਤੋਂ ਇਲਾਵਾ ਅਸੀਂ ਬਾਕੀ ਨੇ ਆਪਸ਼ਨਸ ਦੇਖ ਲੈਣੇ ਆ ਫਰਸਟ ਕਿਹੜੀ ਹੈ ਇੰਦਰ ਅਮ੍ਰਿਤਾ ਪ੍ਰੀਤਮ ਇਹਨਾਂ ਦੀ ਨਵੀਂ ਆਟੋ ਬਾਇਓਗ੍ਰਾਫੀ ਉੱਚੀ ਜਾਂਦੀ ਹੈ ਆਟੋ ਬਾਇਓਗ੍ਰਾਫੀ ਕਿਹੜੀ ਹੈ ਰਸੀਦੀ ਟਿਕਟ ਇਹ ਅਮ੍ਰਿਤਾ ਪ੍ਰੀਤਮ ਦੀ ਆਟੋ ਬਾਇਓਗ੍ਰਾਫੀ ਹੈ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਪਿੰਜਰਾ ਅੱਜ ਆਖਾਂ ਵਾਰੀ ਸ਼ਾ ਨੂੰ ਹੈ ਦਿੱਲੀ ਦੀਆਂ ਗਲੀਆਂ ਹੈ ਦਿੱਲੀ ਦੀਆਂ ਗਲੀਆਂ ਇਹ ਇੰਪੋਰਟੈਂਟ ਰਚਨਾਵਾਂ ਨੇ ਅਮ੍ਰਿਤਾ ਪ੍ਰੀਤਮ ਦੀਆਂ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਮੈਗਜ਼ੀਨ ਵੀ ਸੀ ਜਿਹੜੀ ਕਿ ਮੰਥਲੀ ਮੈਗਜ਼ੀਨ ਸੀ ਉਹ ਕਿਹੜੀ ਸੀ? 나ਗਮਣੀ ਹੋਰ ਆਪਾਂ ਨੂੰ ਕੀ ਪੁੱਛ ਸਕਦੇ ਨੇ? ਆਪਾਂ ਨੂੰ ਕੋਈ ਪੁਰਸਕਾਰ ਪੁੱਛ ਸਕਦੇ ਨੇ ਵੀ ਕਿਹੜੀ ਰਚਨਾ ਦੇ ਕਰਕੇ ਇਹਨਾਂ ਨੂੰ ਦਿੱਤਾ ਗਿਆ ਸੀ? ਤੇ ਜਿਹੜਾ ਸਾਹਿਤ ਅਕੈਡਮੀ ਅਵਾਰਡ ਸੀ ਉਹ ਅਮ੍ਰਿਤਾ ਪ੍ਰੀਤਮ ਨੂੰ ਸੁਨੇਹੇ ਦੇ ਕਰਕੇ ਮਿਲਿਆ ਸੀ। ਕਿਸ ਦੇ ਕਰਕੇ ਮਿਲਿਆ ਸੀ? ਸਾਹਿਤ ਅਕੈਡਮੀ ਅਵਾਰਡ ਸੁਨੇਹੇ ਦੇ ਕਰਕੇ ਮਿਲਿਆ ਸੀ। ਇਸ ਤੋਂ ਇਲਾਵਾ ਇਹਨਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਸੀ ਉਹ ਮਿਲਿਆ ਸੀ ਕਾਗਜ਼ ਤੇ ਕੈਨਵਸ ਤੇ ਕਰਕੇ ਕਾਗਜ਼ ਤੇ ਕੈਨਵਸ ਜਿਹੜਾ ਇਹ ਅਵਾਰਡ ਸੀ ਇਹਦੀ ਡੇਟ ਵੀ ਇੰਪੋਰਟੈਂਟ ਹੈ ਇਹ ਹੈ 1981 ਦੇ ਵਿੱਚ ਇੰਪੋਰਟੈਂਟ ਕੁਸ਼ਚਨ ਕਿਹੜੇ-ਕਿਹੜੇ ਬਣਗੇ ਕਿ ਆਟੋ ਬਾਇਓਗ੍ਰਾਫੀ ਕਿਹੜੀ ਹੈ ਅਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟਾ ਇਸ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਪਿੰਜਰਾ ਦਿੱਲੀ ਦੀਆਂ ਗਲੀਆਂ ਨੇ ਅਜੋ ਅੱਖਾਂਵਾਰੀ ਸ਼ਾਹ ਨੂੰ ਐ ਤੇ ਇਹਨਾਂ ਦੀ ਇੱਕ ਮੰਥਲੀ ਮੈਗਜ਼ੀਨ ਕਿਹੜੀ ਦੱਸੀ ਸੀ ਨਾਗਮਣੀ ਤੁਸੀਂ ਕਾਪੀ ਪੈਨ ਲੈ ਕੇ ਬੈਠਣਾ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ ਉਹ ਨੋਟ ਕਰਨੀ ਹੈ ਇਸ ਤੋਂ ਇਲਾਵਾ ਜਿਹੜਾ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਉਹ ਸੁਨੇਹੇ ਕਰਕੇ ਤੇ ਗਿਆਨ ਪੀਠ ਜਿਹੜਾ ਪੁਰਸਕਾਰ ਸੀ ਉਹ ਪਾਗਸ ਤੇ ਕਨਵਸ ਦੇ ਕਰਕੇ ਮਿਲਿਆ ਸੀ ਜਿਹੜਾ ਮਿਲਿਆ ਸੀ 1981 ਦੇ ਵਿੱਚ ਤੇ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਦੀਆਂ ਕਿਹੜੀਆਂ ਕਿਹੜੀਆਂ ਰਚਨਾਵਾਂ ਨੇ ਵੀ ਇੱਕ ਅੰਨੇ ਘੋੜੇ ਦਾ ਦਾਨ ਅੰਨੇ ਘੋੜੇ ਦਾ ਦਾਨ ਕਿਸ ਦੀ ਰਚਨਾ ਹੈ ਗਿਆ ਗੁਰਦਿਆਲ ਸਿੰਘ ਦੀ ਅੰਨੇ ਘੋੜੇ ਦਾ ਦਾਨ ਹੋਰ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਅਨਹੋਏ ਗੁਰਦਿਆਲ ਸਿੰਘ ਦੀ ਵੀ ਵੇਗਾਨਾ ਪਿੰਡ ਵਿਗਾਨਾ ਪਿੰਡ ਕੁੱਤਾ ਤੇ ਆਦਮੀ ਕੁੱਤਾ ਤੇ ਆਦਮੀ ਤੇ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਪੁੱਛਿਆ ਜਾਂਦਾ ਹੈ ਵੀ ਜਿਹੜਾ ਗਿਆਨ ਪੀਠ ਪੁਰਸਕਾਰ ਸੀ ਗੁਰਦਿਆਲ ਸਿੰਘ ਨੂੰ ਜਿਹੜਾ ਮਿਲਿਆ ਸੀ ਉਹ ਕਿਹੜੀ ਰਚਨਾ ਦੇ ਕਰਕੇ ਮਿਲਿਆ ਸੀ ਉਹਦਾ ਰਾਈਟ ਆਨਸਰ ਕਿਹੜਾ ਹੋਊਗਾ ਮੜੀ ਦਾ ਦੀਵਾ ਇਸ ਦੇ ਕਰਕੇ ਜਿਹੜਾ ਗੁਰਦਿਆਲ ਸਿੰਘ ਸੀ ਇਹਨੂੰ ਕਿ ਸੀ ਗਿਆਨ ਪੀਠ ਪੁਰਸਕਾਰ ਮਿਲਿਆ ਸੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਜ਼ਰੂਰ ਨੋਟ ਕਰਨਾ ਹੈ ਨੈਕਸਟ ਕੁਐਸਚਨ ਹੈ ਮੇਰੀ ਫਿਲਮੀ ਆਤਮਕਥਾ ਕਿਹੜੇ ਕਵੀ ਦੀ ਸਵੈ ਜੀਵਨੀ ਹੈ ਬਲਰਾਜ ਸਾਨੀ ਅਮ੍ਰਿਤਾ ਪ੍ਰੀਤਮ ਬਲਵੰਤ ਗਾਰਗੀ ਜਾਂ ਨਾਨਕ ਸਿੰਘ ਮੇਰੀ ਫਿਲਮੀ ਆਤਮਕਥਾ ਕਿਹੜੇ ਕਵੀ ਦੀ ਸਵੈ ਜੀਵਨੀ ਹੈ ਹਾਂਜੀ ਇਹਦਾ ਰਾਈਟ ਆਨਸਰ ਕੀ ਹੋਜੂ ਏ ਬਲਰਾਜ ਸਾਨੀ ਹੁਣ ਮੈਂ ਤੁਹਾਨੂੰ ਆਪਸ਼ਨ ਬੀ ਅਮ੍ਰਿਤਾ ਪ੍ਰੀਤਮ ਦੀ ਜਿਹੜੀ ਆਟੋ ਬਾਇਓਗ੍ਰਾਫੀ ਹੁਣੀ ਦੱਸੀ ਹੈ ਕਿਹੜੀ ਸੀ ਰਸੀਦੀ ਟਿਕਟ ਕਿਹੜੀ ਸੀ ਜੀ ਰਸੀਦੀ ਟਿਕਟ ਕਿਹੜੀ ਸੀ ਅਮ੍ਰਿਤਾ ਪ੍ਰੀਤਮ ਦੀ ਐ ਤੇ ਮੇਰੀ ਫਿਲਮੀ ਆਤਮਕਥਾ ਜਿਹੜੀ ਬਲਰਾਸ ਆਨਨੀ ਦੀ ਐ ਇਸ ਤੋਂ ਇਲਾਵਾ ਬਲਵੰਤ ਗਾਰਗੀ ਬਲਵੰਤ ਗਾਰਗੀ ਦੀ ਵੀ ਆਟੋ ਬਾਇਓਗ੍ਰਾਫੀ ਦਾ ਕੀ ਨਾਮ ਐ ਨੇਕਡ ਟ੍ਰਾਇੰਗਲ ਨੇਕਡ ਟ੍ਰਾਇੰਗਲ ਇਹ ਬਲਵੰਤ ਗਾਰਗੀ ਦੀ ਆਟੋ ਬਾਇਓਗ੍ਰਾਫੀ ਐ ਤਿੰਨੇ ਆਟੋ ਬਾਇਓਗ੍ਰਾਫੀ ਨੇ ਇੰਪੋਰਟੈਂਟ ਨੇ ਮੇਰੀ ਫਿਲਮੀ ਆਤਮਕਥਾ ਬੋਲੇ ਰਾਜਸਾਨੀ ਅਮ੍ਰਿਤਾ ਪ੍ਰੀਤਮ ਰਸੀਡਿਡਿਕਟ ਤੇ ਬਲਵੰਤ ਗਰਗੀ ਦੀ ਨੇਗਡ ਤ੍ਰਾਇੰਗ ਮੂਵ ਕਰਦੇ ਆ ਵੀ ਨੈਕਸਟ ਕੁਐਸਚਨ ਵੱਲ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਗੁਰਦੁਆਰਾ ਬਠਿੰਡਾ ਸ਼ਹਿਰ ਦੇ ਨਾਲ ਸੰਬੰਧਿਤ ਹੈ ਮਨਜੀਤ ਸਾਹਿਬ ਟੁੱਟੀ ਗੰਢ ਸਾਹਿਬ ਹਾਜੀ ਰਤਨ ਤੇ ਦੁੱਖਨੀਵਾਰ ਹਾਂਜੀ ਕਿਹੜਾ ਗੁਰਦੁਆਰਾ ਬਠਿੰਡਾ ਸ਼ਹਿਰ ਦੇ ਨਾਲ ਰਿਲੇਟਡ ਹੈ ਹਾਂਜੀ ਇਸ ਦਾ ਰਾਈਟ ਆਨਸਰ ਕੀ ਹੋਜੂ ਹਾਜ਼ੀਰਤ ਇਸ ਤੋਂ ਇਲਾਵਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕਿੱਥੇ ਆ ਪਟਿਆਲਾ ਦੇ ਵਿੱਚ ਨੈਕਸਟ ਕੁਐਸਚਨ ਹੈ ਸੁਨੇਤ ਹੈਰੀਟੇਜ ਸਾਈਟ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਹੁਸ਼ਿਆਰਪੁਰ ਰੋਪੜ ਲੁਧਿਆਣਾ ਜਾਂ ਫਤਿਹਗੜ੍ਹ ਸਾਹਿਬ ਹਾਂਜੀ ਸੁਨੇਤ ਹੈਰੀਟੇਜ ਸਾਈਟ ਹੈ ਜਿਹੜੀ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਇਸ ਦਾ ਸਹੀ ਆਨਸਰ ਕੀ ਹੋਈ ਜਾਊਗਾ ਲੁਧਿਆਣਾ ਇਸ ਤੋਂ ਇਲਾਵਾ ਟੋਲਵਾਹਾ ਹੁਸ਼ਿਆਰਪੁਰ ਦੇ ਨਾਲ ਸਬੰਧਿਤ ਹੈ ਤੇ ਸੰਗੋਲ ਹੈਰੀਟੇਜ ਫਤੇਗੜ ਸਾਹਿਬ ਦੇ ਨਾਲ ਸਬੰਧਿਤ ਹੈ ਨੈਕਸਟ ਕੁਐਸਚਨ ਹੈ ਆਪਣਾ ਬਾਬਾ ਫਰੀਦ ਜੀ ਕਿਹੜੇ ਸਿਲਸਿਲੇ ਦੇ ਨਾਲ ਸਬੰਧ ਰੱਖਦੇ ਸਨ ਮਲਾਮਤੀ ਚਿਸ਼ਤੀ ਸੋਹਾਰਵਾਦੀ ਜਾਂ ਨਕਸ਼ਵੰਦੀ ਬਾਬਾ ਫਰੀਦ ਜੀ ਕਿਹੜੇ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਸਨ ਇਸ ਦਾ ਰਾਈਟ ਆਨਸਰ ਹੈ ਚਿਸ਼ਤੀ ਨੈਕਸਟ ਕੁਐਸਚਨ ਹੈ ਸੂਫੀਆਂ ਦੇ ਕੁੱਲ ਕਿੰਨੇ ਸਿਲਸਿਲੇ ਮੰਨੇ ਜਾਂਦੇ ਹਨ 10 11 14 ਜਾਂ 12 ਹਾਂਜੀ ਸੂਫੀਆਂ ਦੇ ਕੁੱਲ ਸਿਲਸਿਲੇ ਕਿੰਨੇ ਮੰਨੇ ਜਾਂਦੇ ਹਨ ਇਸ ਦਾ ਰਾਈਟ ਆਨਸਰ ਕੀ ਹੋ ਜਾਏਗਾ 12 12 ਸਿਲਸਿਲੇ ਜਿਹੜੇ ਮੰਨੀ ਜਾਂਦੀ ਹਨ ਨੈਕਸਟ ਕੁਐਸਚਨ ਹੈ ਪੰਜਾਬੀ ਕਾਫੀਆਂ ਦੀ ਸ਼ੁਰੂਆਤ ਕਿਹੜੇ ਕਵੀ ਤੋਂ ਮੰਨੀ ਜਾਂਦੀ ਹੈ ਸ਼ਾਹ ਹੁਸੈਨ ਬਾਬਾ ਬੁੱਲੇ ਸ਼ਾ ਪੀਲੂ ਜਾਂ ਵਾਰਿਸ ਸ਼ਾ ਪੰਜਾਬੀ ਕਾਫੀਆਂ ਦੀ ਸ਼ੁਰੂਆਤ ਹੈ ਜਿਹੜੀ ਕਿਹੜੇ ਕਵੀ ਤੋਂ ਮੰਨੀ ਜਾਂਦੀ ਹੈ ਇਸ ਦਾ ਸਹੀ ਆਨਸਰ ਕੀ ਹੋ ਜਾਵੇਗਾ ਸ਼ਾਹ ਹੁਸੈਨ ਇਸ ਤੋਂ ਇਲਾਵਾ ਪੰਜਾਬੀ ਪਾਸ਼ਾ ਦਾ ਪਹਿਲਾ ਕਵੀ ਬਾਬਾ ਫਰੀਦ ਤੇ ਪੰਜਾਬ ਦੇ ਸ਼ਾਹਤ ਦੀ ਜਿਹੜੀ ਸ਼ੁਰੂਆਤ ਸੀ ਉਹ ਵੀ ਬਾਬਾ ਫਰੀਦ ਜੀ ਨੇ ਕੀਤੀ ਸੀ ਪੰਜਾਬੀ ਪਾਸ਼ਾ ਦਾ ਪਹਿਲਾ ਕਵੀ ਬਾਬਾ ਫਰੀਦ ਦੇ ਸਾਹਤ ਦੀ ਜਿਹੜੀ ਸ਼ੁਰੂਆਤ ਸੀ ਉਹ ਵੀ ਬਾਬਾ ਫਰੀਦ ਜੀ ਨੇ ਕੀਤੀ ਸੀ ਨੈਕਸਟ ਕੁਐਸਚਨ ਹੈ ਵੀ ਸੇਰਾ ਬੰਨਣ ਦੀ ਰਸਮ ਨੂੰ ਕੌਣ ਨਿਭਾਉਂਦਾ ਹੈ ਭਾਬੀ ਮਾਂ ਭੈਣ ਜਾਂ ਪਿਓ ਹਾਂਜੀ ਇਸ ਦਾ ਰਾਈਟ ਆਨਸਰ ਹੈ ਭੈਣ ਬਿਲਕੁਲ ਸੌਖਾ ਕੁਐਸਚਨ ਹੈ ਪੰਜਾਬੀ ਦੇ ਵਿੱਚ ਸਹਿਰਾ ਬੰਨਣ ਦੀ ਰਸਮ ਨੂੰ ਕੌਣ ਨਿਭਾਉਂਦਾ ਹੈ ਇਸ ਦਾ ਰਾਈਟ ਆਨਸਰ ਹੈ ਪੈਨ ਨੈਕਸਟ ਕੁਐਸਚਨ ਹੈ ਪੰਜਾਬ ਨਾਲ ਸੰਬੰਧਿਤ ਸप्त ਸਿੰਧੂ ਦਾ ਕੀ ਅਰਥ ਹੈ ਸੱਤ ਦਰਿਆਵਾਂ ਦੀ ਧਰਤੀ ਨੌ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਾਂ 11 ਦਰਿਆਵਾਂ ਦੀ ਧਰਤੀ ਪੰਜਾਬ ਨਾਲ ਸੰਬੰਧਿਤ ਸप्त ਸਿੰਧੂ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਹੈ ਸੱਤ ਦਰਿਆਵਾਂ ਦੀ ਧਰਤੀ ਦੇਖੋ ਸੱਤ ਸੱਤ ਤੋਂ ਯਾਦ ਰੱਖਣਾ ਹੈ ਸੱਤ ਪੰਜਾਬ ਨਾਲ ਸੰਬੰਧਿਤ ਜਿਹੜਾ ਸੱਤ ਸਿੰਧੂ ਹੈ ਇਹਦਾ ਕੀ ਮਤਲਬ ਹੈ ਸੱਤ ਦਰਿਆਵਾਂ ਦੀ ਧਰਤੀ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਬਾਣੀ ਦਾ ਕੋਈ ਰਾਗ ਨਹੀਂ ਹੈ ਜਪ ਸਾਹਿਬ ਸੁਖਮਨੀ ਸਾਹਿਬ ਦੱਖਣੀ ਓਂਕਾਰ ਜਾਂ ਜਪਜੀ ਸਾਹਿਬ हां जी केड़ी वाणी ਦਾ ਕੋਈ ਰਾਗ ਨਹੀਂ ਹੈ ਇਸ ਦਾ ਰਾਈਟ ਆਨਸਰ ਆਪਣੇ ਕੋਲੇ ਡੀ ਹੋ ਜਾਏਗਾ ਜਪਜੀ ਸਾਹਿਬ ਨੈਕਸਟ ਕੁਐਸਚਨ ਹੈ ਜਮਜਮਾ ਕੀ ਸੀ ਸਮੁੰਦਰੀ ਜਹਾਜ਼ ਦਾ ਨਾਮ ਸੀ ਰੇਲ ਗੱਡੀ ਦਾ ਨਾਮ ਸੀ ਜਾਂ ਇੱਕ ਥੋਪ ਦਾ ਨਾਮ ਸੀ ਜਾਂ ਕੋੜੇ ਦਾ ਨਾਮ हां जी ਜਮਜਮਾ ਕੀ ਸੀ ਇਸ ਦਾ ਰਾਈਟ ਆਨਸਰ ਹੈ ਤੋਪ ਦਾ ਨਾਮ ਇੱਕ ਤੋਪ ਦਾ ਨਾਮ ਸੀ ਨੈਕਸਟ ਕੁਐਸਚਨ ਹੈ ਹਰੀ ਸਿੰਘ ਨਲਵਾ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੁੰਦਾ ਹੈ ਜਮਰੋਦ ਦੀ ਲੜਾਈ ਮੁਲਤਾਨ ਦੀ ਲੜਾਈ ਕਸੂਰ ਦੀ ਲੜਾਈ ਜਾਂ ਅਟਕ ਦੀ ਲੜਾਈ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਏ ਜਮਰੋਦ ਦੀ ਲੜਾਈ ਹਰੀ ਸਿੰਘ ਨਲਵਾ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੁੰਦੇ ਆ ਜਮਰੋਦ ਦੀ ਲੜਾਈ ਦੇ ਵਿੱਚ ਤੇ ਇਹ ਲੜਾਈ ਕਦੋਂ ਹੋਈ ਸੀ 1837 ਦੇ ਵਿੱਚ ਜਮਰੋਦ ਦੀ ਜਿਹੜੀ ਲੜਾਈ ਸੀ 1837 ਦੇ ਵਿੱਚ ਹੋਈ ਸੀ ਨੈਕਸਟ ਕੁਐਸਚਨ ਹੈ ਚੰਡੀਗੜ੍ਹ ਸ਼ਹਿਰ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਨੂੰ ਕਦੋਂ ਖਤਮ ਕੀਤਾ ਗਿਆ 1966 1970 1982 ਜਾਂ 1984 ਦੇ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਨੂੰ ਕਦੋਂ ਖਤਮ ਕੀਤਾ ਗਿਆ ਇਸ ਦਾ ਰਾਈਟ ਆਨਸਰ ਹੈ 1984 ਦੇ ਵਿੱਚ ਇਸ ਤੋਂ ਇਲਾਵਾ ਚੰਡੀਗੜ੍ਹ ਦਾ ਜਿਹੜਾ ਆਖਰੀ ਚੀਫ ਕਮਿਸ਼ਨਰ ਸੀ ਉਹ ਕੌਣ ਸੀ ਜਸਟਿਸ ਕ੍ਰਿਸ਼ਨਾ ਵੈਨਰਜੀ ਤੇ ਪਹਿਲਾ ਚੀਫ ਕਮਿਸ਼ਨਰ ਕੌਣ ਸੀ ਮਹਿੰਦਰ ਸਿੰਘ ਰੰਦਾਵਾ ਇੰਪੋਰਟੈਂਟ ਕੁਐਸਚਨ ਨੇ ਨੋਟ ਕਰ ਲੈਣੇ ਨੇ ਪੁੱਛੇ ਗਏ ਨੇ ਵਾਰ-ਵਾਰ ਕਿ ਚੰਡੀਗੜ੍ਹ ਦਾ ਜਿਹੜਾ ਆਖਰੀ ਚੀਫ ਕਮਿਸ਼ਨਰ ਸੀ ਕੌਣ ਸੀ ਜਸਟਿਸ ਕ੍ਰਿਸ਼ਨਾ ਸਿੰਘ ਤੇ ਪਹਿਲਾ ਚੀਫ ਕਮਿਸ਼ਨਰ ਮਹਿੰਦਰ ਸਿੰਘ ਰੰਦਾਵਾ ਨੈਕਸਟ ਕੁਐਸਚਨ ਹੈ ਦੇਵੀ ਤਲਾਬ ਮੰਦਿਰ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਹੈ ਰੋਪੜ ਜਲੰਧਰ लुधियाना ਜਾਂ ਅੰਮ੍ਰਿਤਸਰ ਹਾਂਜੀ ਦੇਵੀ ਤਲਾਬ ਮੰਦਿਰ ਹੈ ਜਿਹੜਾ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਹੈ ਇਸ ਦਾ ਰਾਈਟ ਆਨਸਰ ਹੋਏ ਜਾਏਗਾ ਜਲੰਧਰ ਇਸ ਤੋਂ ਇਲਾਵਾ ਜਲੰਧਰ ਦੇ ਨਾਲ ਰਿਲੇਟਰ ਸਾਡੇ ਤੋਂ ਕੀ ਪੁੱਛ ਸਕਦੇ ਨੇ ਜਾਂ ਤਾਂ ਸਾਡੇ ਕੋਲ ਕੋਈ ਯੂਨੀਵਰਸਿਟੀ ਪੁੱਛ ਸਕਦੇ ਨੇ ਜਾਂ ਮੇਲੇ ਮੇਲੇ ਇੰਪੋਰਟੈਂਟ ਨੇ ਕਿ ਜਲੰਧਰ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਮੇਲੇ ਆ ਮਨਾਏ ਜਾਂਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਯੂਨੀਵਰਸਿਟੀ ਦੀ ਜਲੰਧਰ ਦੇ ਵਿੱਚ ਕਿਹੜੀ ਕਿਹੜੀ ਯੂਨੀਵਰਸਿਟੀ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਹੋਰ ਕਿਹੜੀ ਯੂਨੀਵਰਸਿਟੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਤੇ ਇੱਕ ਡੀਏਵੀ ਯੂਨੀਵਰਸਿਟੀ ਹੈ ਡੀਏਵੀ ਯੂਨੀਵਰਸਿਟੀ ਜਲੰਧਰ ਇਹ ਤੁਸੀਂ ਤੁਹਾਨੂੰ ਯੂਨੀਵਰਸਿਟੀ ਇੰਪੋਰਟੈਂਟ ਨੇ ਯਾਦ ਰੱਖਣੀਆਂ ਨੇ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਜਿਹੜੇ ਮੇਲੇ ਨੇ ਕਿਹੜੇ-ਕਿਹੜੇ ਲੱਗਦੇ ਨੇ ਇੱਕ ਤਾਂ ਹਰੀਵੱल्लभ ਦਾ ਲੱਗਦਾ ਹੈ ਹਰੀਵੱल्लभ ਸੰਗੀਤ ਸੰਮੇਲਨ ਹੋਰ ਕਿਹੜਾ ਲੱਗਦਾ ਮੇਲਾ ਬਾਬਾ ਸੋਢਲ ਜੀ ਦਾ ਲੱਗਦਾ ਹੈ ਹੋਰ ਇੱਕ ਗਦਰੀ ਬਾਬਿਆਂ ਦਾ ਜਿਹੜਾ ਮੇਲਾ ਹੈ ਜਲੰਧਰ ਦੇ ਵਿੱਚ ਲੱਗਦਾ ਹੈ ਗਦਰੀ ਬਾਬਿਆਂ ਦਾ ਮੇਲਾ ਇੰਪੋਰਟੈਂਟ ਕੁਐਸਚਨ ਵੀ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਹੈ ਕਿੱਥੇ ਲੱਗਦਾ ਹੈ ਇਹ ਜਲੰਧਰ ਦੇ ਵਿੱਚ ਲੱਗਦਾ ਹੈ ਤੇ ਦੀ ਲੋਕੇਸ਼ਨ ਕਿਹੜੀ ਹੈ ਵੀ ਦੇਸ਼ ਪਖਤ ਹਾਲ ਜਲੰਧਰ ਦੇ ਵਿੱਚ ਲੱਗਦਾ ਹੈ ਦੇਸ਼ ਪਖਤ ਹਾਲ ਜਲੰਧਰ ਦੇ ਵਿੱਚ ਲੱਗਦਾ ਹੈ ਇੰਪੋਰਟੈਂਟ ਕੁਐਸਚਨ ਬਣਦੇ ਕਿਹੜੇ-ਕਿਹੜੇ ਨੇ ਇਹ ਤਾਂ ਯੂਨੀਵਰਸਿਟੀਆਂ ਪੁੱਛਣਾਂਗੇ ਜਲੰਧਰ ਦੀਆਂ ਕਿਹੜੀਆਂ-ਕਿਹੜੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੋਗੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਗੀ ਤੇ ਡੀਏਵੀ ਯੂਨੀਵਰਸਿਟੀ ਹੋਗੀ ਤੇ ਮੇਲੇ ਹਰੀਪੱल्लਵ ਸੰਗੀਤ ਸਮੇਲਨ ਹੋ ਗਿਆ ਬਾਬਾ ਸੋਡਲ ਜੀ ਦਾ ਮੇਲਾ ਹੋ ਗਿਆ ਤੇ ਗਦਰੀ ਬਾਬਿਆਂ ਦਾ ਮੇਲਾ ਤੇ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਦੇਸ਼ ਭਗਤ ਹਾਲ ਜਲੰਧਰ ਦੇ ਵਿੱਚ ਹਾਂਜੀ ਹੁਣ ਮੂਵ ਕਰਦੇ ਆਂ ਸੀ ਨੈਕਸਟ ਕੁਐਸਚਨ ਦੇ ਵੱਲ ਦੇਸੀ ਕੈਲੰਡਰ ਦਾ ਅਖੀਰਲਾ ਮਹੀਨਾ ਕਿਹੜਾ ਹੈ ਅੱਸੂ ਸਾਵਨ ਫੱਗਣ ਜਾਂ ਚੇਤ ਹਾਂਜੀ ਲਾਸਟ ਵਾਲਾ ਮਹੀਨਾ ਦੱਸਣਾ ਕਿਹੜਾ ਦੇਸੀ ਕੈਲੰਡਰ ਦਾ ਇਸ ਦਾ ਰਾਈਟ ਆਨਸਰ ਹੈ ਫੱਗਣ ਇਸ ਤੋਂ ਇਲਾਵਾ ਜੇ ਵਾ ਫਰਸਟ ਕਰੀਏ ਫਰਸਟ ਕਿਹੜਾ ਹੈ ਫਰਸਟ ਮਹੀਨਾ ਕਿਹੜਾ ਚੇਤ ਤੇ ਲਾਸਟ ਕਿਹੜਾ ਵੀ ਫੱਗਣ ਪੁੱਛ ਲੈਂਦੇ ਨੇ ਟੋਟਲ 12 ਹੁੰਦੇ ਨੇ ਨੈਕਸਟ ਕੁਐਸਚਨ ਹੈ ਪਾਖੜਾ ਨੰਗਲ ਡੈਮ ਦੀ ਉਚਾਈ ਕਿੰਨੀ ਹੈ 200 ਮੀਟਰ 226 ਮੀਟਰ 220 ਮੀਟਰ ਜਾਂ 230 ਮੀਟਰ ਪਾਖੜਾ ਨੰਗਲ ਡੈਮ ਦੀ ਉਚਾਈ ਕਿੰਨੀ ਹੈ ਇਸ ਦਾ ਰਾਈਟ ਆਨਸਰ ਹੈ 226 ਮੀਟਰ ਇਸ ਤੋਂ ਇਲਾਵਾ ਜਿਹੜਾ ਇਹ ਡੈਮ ਸੀ ਕਦੋਂ ਬਣਿਆ ਸੀ ਜੀ 1963 ਦੇ ਵਿੱਚ ਨੈਕਸਟ ਕੁਐਸਚਨ ਹੈ ਨਵੇਂ ਪੰਜਾਬ ਦੇ ਪਹਿਲੇ ਸਪੀਕਰ ਕੌਣ ਸਨ ਹਰਵੰਦ ਸਿੰਘ ਕਪੂਰ ਸਿੰਘ ਕ੍ਰਿਸ਼ਨ ਸਿੰਘ ਜਾਂ ਸੁਨੀਲ ਸਿੰਘ ਨਵੇਂ ਪੰਜਾਬ ਦੇ ਜਿਹੜੇ ਪਹਿਲੇ ਸਪੀਕਰ ਸੀ ਕੌਣ ਸਨ ਇਸ ਦਾ ਰਾਈਟ ਆਨਸਰ ਹੈ ਹਰਵੰਦ ਸਿੰਘ ਤੇ ਨਵੇਂ ਪੰਜਾਬ ਦੇ ਜਿਹੜੇ ਪਹਿਲੇ ਮੁੱਖ ਮੰਤਰੀ ਉਹ ਕੌਣ ਸੀ ਗੁਰਮukh ਸਿੰਘ ਮਸਾਫੀਨ ਇਸ ਤੋਂ ਇਲਾਵਾ ਇੱਕ ਕੁਐਸਚਨ ਆਉਂਦਾ ਹੈ ਕਿ ਨਵੇਂ ਪੰਜਾਬ ਦੇ ਜਿਹੜੇ ਪਹਿਲੇ ਰਾਜਪਾਲ ਸੀ ਉਹ ਕੌਣ ਸੀ ਧਰਮਵੀਰ ਇਹ ਦੋਨੋਂ ਕੁਐਸਚਨ ਕਿਹੜੇ ਕਿਹਨੇ ਮੋਸਟ ਇੰਪੋਰਟੈਂਟ ਨੇ ਨਵੇਂ ਪੰਜਾਬ ਦੇ ਪਹਿਲੇ ਸਪੀਕਰ ਕੌਣ ਸਨ ਹਰਵੰਦ ਸਿੰਘ ਉਸ ਤੋਂ ਇਲਾਵਾ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮukh ਸਿੰਘ ਮੁਸਾਫਰ ਸੀ ਨੈਕਸਟ ਕੁਐਸਚਨ ਹੈ ਵੀ ਪੈਪਸੂ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਕੁੱਲ ਗਿਣਤੀ ਕਿੰਨੀ ਸੀ 60 70 80 ਜਾਂ 90 ਹਾਂਜੀ ਪੈਪਸੂ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ ਕਿੰਨੀ ਸੀ ਇਸ ਦਾ ਰਾਈਟ ਆਨਸਰ ਹੈ 60 ਇਸ ਤੋਂ ਇਲਾਵਾ ਪੈਪਸੂ ਜਿਹੜੀ ਰਾਜ ਸੀ ਇਹਦੀ ਕੈਪੀਟਲ ਕਿਹੜੀ ਸੀ ਪਟਿਆਲਾ ਪਟਿਆਲਾ ਕੀ ਸੀ ਵੀ ਇਸ ਦੀ ਕੈਪੀਟਲ ਸੀ ਤੇ ਰਿਆਸਤਾਂ ਦੀ ਗਿਣਤੀ ਕਿੰਨੀ ਸੀ ਕੁੱਲ ਰਿਆਸਤਾਂ ਕਿੰਨੀਆਂ ਸੀ 8 ਰਿਆਸਤਾਂ ਸੀ ਰਿਆਸਤਾਂ ਕਿੰਨੀਆਂ ਸੀ 8 ਇਸ ਤੋਂ ਇਲਾਵਾ ਹੋਰ ਕਿਹੜਾ ਕੁਐਸਚਨ ਪੁੱਛ ਲੈਂਦੇ ਨੇ ਕਿ ਪੈਪਸੂ ਬਣਿਆ ਕਦੋਂ ਸੀ ਇਸ ਦਾ ਰਾਈਟ ਆਨਸਰ ਹੈ 15 ਜੁਲਾਈ 1947 ਦੇ ਵਿੱਚ ਜਿਹੜਾ ਪੈਪਸੂ ਸੀ ਉਹ ਬਣਿਆ ਸੀ 8 ਰਿਆਸਤਾਂ ਸੀ ਤੇ ਕੈਪੀਟਲ ਕਿਹੜੀ ਸੀ ਪਟਿਆਲਾ 8 ਰਿਆਸਤਾਂ ਕਿਹੜੀਆਂ-ਕਿਹੜੀਆਂ ਸੀ ਪਟਿਆਲਾ ਸੀ ਨਾਬਾ ਸੀ ਜੀਂਦ ਸੀ ਮਲੇਰਕੋਟਲਾ ਫਰੀਦਕੋਟ ਕਪੂਰਥਲਾ ਨਾਲਾਗੜ੍ਹ ਤੇ ਕਲਸੀ ਇਸ ਤੋਂ ਇਲਾਵਾ ਜਿਹੜਾ ਇੰਪੋਰਟੈਂਟ ਕੁਸ਼ਣ ਬਣਦਾ ਹੈ ਕਿ ਇਹਨਾਂ ਨੇ ਨਾ ਇੱਕ ਆਪਣੀ ਸਰਕਾਰ ਬਣਾਈ ਸੀ ਪੈਪਸੂ ਵਾਲਿਆਂ ਇਹ ਸਰਕਾਰ ਕਦੋਂ ਬਣੀ ਸੀ 20 ਅਗਸਤ 1948 ਦੇ ਵਿੱਚ ਬਣੀ ਸੀ ਇੰਪੋਰਟੈਂਟ ਕੁਸ਼ਣ ਹੈ ਇਹ ਵੀ ਨੋਟ ਕਰ ਲੈਣਾ ਇਸ ਤੋਂ ਇਲਾਵਾ ਇਹਨਾਂ ਦੇ ਸੀਐਮ ਵੀ ਬਣੇ ਸੀ ਪੈਪਸੂ ਵਾਲਿਆਂ ਦੇ ਪਹਿਲਾ ਕਿਹੜਾ ਸੀ ਗਿਆਨ ਸਿੰਘ ਰਾੜੇ ਵਾਲਾ ਦੂਜਾ ਕਿਹੜਾ ਸੀ ਰਗਵੀਰ ਸੀ ਤੀਜਾ ਕਿਹੜਾ ਸੀ ਬ੍ਰਿਸ਼ਪਾਂ ਸੀ ਇਹਨਾਂ ਨੇ ਆਪਣੇ ਰਾਜਪੁਰਮukh ਵੀ ਬਣਵਾਏ ਸੀ ਪਹਿਲਾ ਰਾਜ ਰਾਜਪੁਰਮukh ਕਿਹੜਾ ਸੀ ਵੀ ਰਾਜਪੁਰਮukh ਮਹਾਰਾਜਾ ਜਦਵਿੰਦਰ ਸਿੰਘ ਮਹਾਰਾਜਾ ਜਦਵਿੰਦਰ ਸਿੰਘ ਤੇ ਇੱਕ ਉਪਰਾਜ ਪ੍ਰਮukh ਵੀ ਸੀ ਜੇ ਆਪਾਂ ਨੇ ਤੋਂ ਇਹ ਕੁਐਸਚਨ ਵੀ ਪੁੱਛ ਰਹੇ ਨੇ ਕਿ ਉਪਰਾਜ ਪ੍ਰਮukh ਕੌਣ ਸੀ ਪੈਪਸੂ ਦਾ ਉਹ ਕੌਣ ਸੀ ਜੀ ਮਹਾਰਾਜਾ ਜਗਜੀਤ ਸਿੰਘ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੈਪਸੂ ਦੇ ਜਿਹੜੇ ਰਿਪੀਟ ਹੁੰਦੇ ਨੇ ਇੱਕ ਹੋਰ ਕੁਐਸਚਨ ਕਰਾਂਗੇ ਪੈਪਸੂ ਨਾਲ ਪੈਪਸੂ ਨੂੰ ਨਾ ਪੰਜਾਬ ਦੇ ਵਿੱਚ ਮਰਜ ਕੀਤਾ ਗਿਆ ਸੀ ਮਤਲਬ ਮਿਲਾ ਦਿੱਤਾ ਗਿਆ ਸੀਗਾ ਇਹ ਡੇਟ ਵੀ ਇੰਪੋਰਟੈਂਟ ਹੈ ਜਿਹੜੀ ਯਾਦ ਰੱਖਣੀ ਹੈ 1 ਨਵੰਬਰ 1956 ਪੈਪਸੂਨ ਜਿਹੜੀ ਪੰਜਾਬ ਦੇ ਵਿੱਚ ਮਰਜ ਕੀਤਾ ਗਿਆ ਸੀ ਹੁਣ ਆਪਣੇ ਕੋਲੇ ਕੁਐਸਚਨ ਕਿਹੜਾ ਸੀ ਕਿ ਪੈਪਸੂ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ ਕਿੰਨੀ ਸੀ ਇਸ ਦਾ ਆਪਣੇ ਕੋਲੇ ਰਾਈਟ ਆਨਸਰ ਕੀ ਹੋ ਗਿਆ ਸੀ 60 ਅੱਠ ਰਾਜstan ਸੀਗੀਆਂ ਪੈਪਸੂ ਬਣਿਆ ਕਦੋਂ ਸੀ 15 ਜੁਲਾਈ 1948 ਦੇ ਵਿੱਚ ਤੇ ਸਰਕਾਰ ਕਦੋਂ ਬਣੀ ਸੀ ਇਹਨਾਂ ਦੀ 20 ਅਗਸਤ 1947 ਦੇ ਵਿੱਚ ਤੇ ਪੈਪਸੂ ਨੂੰ ਪੰਜਾਬ ਦੇ ਵਿੱਚ ਮਰਜ ਕਦੋਂ ਕੀਤਾ ਗਿਆ ਸੀ 1 ਨਵੰਬਰ 1956 ਦੇ ਵਿੱਚ ਨੈਕਸਟ ਕੁਐਸਚਨ ਹੈ ਪਾਕਿਸਤਾਨ ਦੇਸ਼ ਦਾ ਨਾਮ ਕਿਸ ਨੇ ਦਿੱਤਾ ਸੀ ਚੌਧਰੀ ਰਹਿਮਤ ਅਲੀ ਮੁਹੰਮਦ ਇਕਵਾਲ لیاقت ਅਲੀ ਖਾਂ ਜਾਂ ਮੁਹੰਮਦ ਅਲੀ ਜਿੰਨਾ ਹਾਂਜੀ ਪਾਕਿਸਤਾਨ ਦੇਸ਼ ਦਾ ਨਾਮ ਕਿਸ ਨੇ ਦਿੱਤਾ ਸੀ ਇਸ ਦਾ ਰਾਈਟ ਆਨਸਰ ਹੈ ਚੌਧਰੀ ਰਹਿਮਤ ਅਲੀ ਰਾਈਟ ਆਨਸਰ ਕਿਹੜਾ ਹੋਏਗਾ ਏ ਆਪਸ਼ਨ ਨੈਕਸਟ ਕੁਐਸਚਨ ਹੈ ਬੰਡ ਦੌਰਾਨ ਪੂਰਵੀ ਪੰਜਾਬ ਨੂੰ ਕਿੰਨੇ ਪ੍ਰਤੀਸ਼ਤ ਖੇਤਰਫਲ ਮਿਲਿਆ 38% 48% 32% ਜਾਂ 49% ਹਾਂਜੀ ਇਸ ਦਾ ਰਾਈਟ ਆਨਸਰ ਕੀ ਹੈ 32% ਪੂਰਬੀ ਪੰਜਾਬ ਨੂੰ ਕਿੰਨਾ ਮਿਲਿਆ 32% ਤੇ ਜੇ ਪੱਛਮੀ ਨੂੰ ਪੁੱਛਣਾ ਪੱਛਮੀ ਪੰਜਾਬ ਨੂੰ ਕਿੰਨਾ ਹਿੱਸਾ ਮਿਲਿਆ ਸੀ 68% ਠੀਕ ਹੈ ਦੋਨੇ ਕੁਸ਼ਚਨ ਇੰਪੋਰਟੈਂਟ ਨੇ ਪੱਛਮੀ ਪੰਜਾਬ ਦਾ ਖੇਤਰਫਲ 68 ਆ ਕੁਸ਼ਚਨ ਆਈ ਗਿਆ ਨੈਕਸਟ ਕੁਐਸਚਨ ਹੈ ਗਦਰ ਅਖਬਾਰ ਕਿਹੜੀ ਭਾਸ਼ਾ ਦੇ ਵਿੱਚ ਨਹੀਂ ਛਪਦਾ ਸੀ ਮਰਾਠੀ ਪੰਜਾਬੀ ਫਾਰਸੀ ਜਾਂ ਹਿੰਦੀ ਹਾਂਜੀ ਗਦਰ ਜਿਹੜਾ ਅਖਬਾਰ ਸੀ ਕਿਹੜੀ ਭਾਸ਼ਾ ਦੇ ਵਿੱਚ ਨਹੀਂ ਛਪਦਾ ਸੀ ਇਹਦਾ ਰਾਈਟ ਆਨਸਰ ਕੀ ਹੋ ਜੂਗਾ ਫਾਰਸੀ ਗਦਰ ਅਖਬਾਰ ਦੇ ਜਿਹੜੇ ਸੰਪਾਦਕ ਸੀ ਉਹ ਕੌਣ ਸੀ ਲਾਲਾ ਹਰਦਿਆਲ ਜੀ ਤੇ ਗਦਰ ਲਹਿਰ ਦੇ ਜਿਹੜੇ ਸੰਸਥਾਪਕ ਸੀ ਉਹ ਬਾਬਾ ਸੋਹਣ ਸਿੰਘ ਪਖਣਾ ਸੀ ਇੰਪੋਰਟੈਂਟ ਕੁਐਸਚਨ ਨੇ ਵੀ ਇਹ ਪੀ ਦੋਨੋਂ ਮੋਸਟ ਇੰਪੋਰਟੈਂਟ ਕੁਐਸਚਨ ਨੇ ਯਾਦ ਰੱਖਣੇ ਨੇ ਨੈਕਸਟ ਕੁਐਸਚਨ ਹੈ ਪੰਜਾਬ ਦੇ ਆਖਰੀ ਸਿੱਖ ਰਾਜਾ ਕੌਣ ਸਨ ਦਲੀਪ ਸਿੰਘ ਰਣਜੀਤ ਸਿੰਘ ਸ਼ੇਰ ਸਿੰਘ ਜਾਂ ਕਪੂਰ ਸਿੰਘ ਪੰਜਾਬ ਦੇ ਆਖਰੀ ਸਿੱਖ ਰਾਜਾ ਕੌਣ ਸਨ ਇਸ ਦਾ ਰਾਈਟ ਆਨਸਰ ਹੈ ਦਲੀਪ ਸਿੰਘ ਅਗਲਾ ਕੁਐਸਚਨ ਕਿਹੜਾ ਵੀ ਤੇਮਾ ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਵਿੱਚ ਕਦੋਂ ਮਿਲਾਇਆ ਗਿਆ ਸੀ 1878 1849 1866 ਦੇ ਵਿੱਚ ਜਾਂ 1845 ਦੇ ਵਿੱਚ ਹਾਂਜੀ ਇਸ ਦਾ ਰਾਈਟ ਆਨਸਰ ਹੈ 1849 ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਦੇ ਵਿੱਚ ਮਿਲਾਇਆ ਗਿਆ ਸੀ ਨੈਕਸਟ ਕੁਐਸਚਨ ਹੈ ਮਿਸਲ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ ਫਾਰਸੀ ਦਾ ਉਰਦੂ ਦਾ ਜਾਂ ਫਿਰ ਪੰਜਾਬੀ ਭਾਸ਼ਾ ਦਾ ਦੇਖੋ ਮਿਸਲ ਹੈ ਜਿਹੜਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਰਾਈਟ ਆਨਸਰ ਹੈ ਅਰਬੀ ਭਾਸ਼ਾ ਦਾ ਨੈਕਸਟ ਕੁਐਸਚਨ ਹੈ ਵੀ ਬੰਦਾ ਸਿੰਘ ਬਹਾਦਰ ਨੂੰ ਕਿਹੜੀ ਲੜਾਈ ਵਿੱਚ ਕੈਦ ਕੀਤਾ ਗਿਆ ਸੀ ਸੋਨੀਪਤ ਸੰਡੋਰਾ ਗੁਰਦਾਸ ਨੰਗਲ ਦੀ ਲੜਾਈ ਜਾਂ ਚੱਪੜ ਚੇੜੀ ਦੀ ਲੜਾਈ ਹਾਂਜੀ ਬੰਦਾ ਸਿੰਘ ਬਹਾਦਰ ਨੂੰ ਕਿਹੜੀ ਲੜਾਈ ਦੇ ਵਿੱਚ ਕੈਦ ਕੀਤਾ ਗਿਆ ਸੀ ਇਸ ਦਾ ਰਾਈਟ ਆਨਸਰ ਹੈ ਗੁਰਦਾਸ ਨੰਗਲ ਦੀ ਲੜਾਈ ਹਾਂਜੀ ਇਹ ਆਪਣੇ ਇੰਪੋਰਟੈਂਟ ਕੁਐਸਚਨ ਸੀ 25 ਉਮੀਦ ਹੈ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਵਿੱਚੋਂ ਵਿੱਚੋਂ ਤੁਹਾਨੂੰ ਕੋਈ ਕੁਐਸਚਨ ਆਉਂਦੇ ਵੀ ਹੋਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ